ਇਹ ਤਸਵੀਰਾਂ ਬਰਨਾਲਾ ਦੇ ਪਿੰਡ ਕਲਾਲਾ ਦੀਆਂ ਨੇ, ਜਿੱਥੇ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਰੋਕਣ ਆਏ ਅਫਸਰਾਂ ਨੂੰ ਹੀ ਬੰਦੀ ਬਣਾ ਲਿਆ। ਨਾਇਬ ਤਹਿਸੀਲਦਾਰ ਸਣੇ ਹੋਰ ਅਫਸਰ ਬੰਦੀ ਬਣਾਏ ਗਏ ਸਨ। ਇੱਥੋਂ ਤੱਕ ਕਿ ਕਿਸਾਨ ਅੱਗ ਬੁਝਾਉਣ ਲਈ ਲਿਆਂਦੀ ਗਈ ਫਾਇਰ ਬ੍ਰਿਗੇਡ ਦੇ ਉੱਤੇ ਵੀ ਕਾਬਜ ਹੋ ਗਏ ਅਤੇ ਕਿਸਾਨਾਂ ਨੇ ਫਾਇਰ ਬ੍ਰਿਗੇਡ ਖੁਦ ਹੀ ਚਲਾਈ ਅਤੇ ਉਸ ਤੇ ਚੜ੍ਹ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਮੁਤਾਬਕ ਸਰਕਾਰ ਖੁਦ ਪਰਾਲੀ ਪ੍ਰਬੰਧਨ ਦੇ ਲਈ ਆਧੁਨਿਕ ਸੰਦ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਚ ਸਫਲ ਰਹੀ ਹੈ। ਇਸ ਦੇ ਲਈ ਕਿਸਾਨਾਂ ਦੀ ਪਰਾਲੀ ਨੂੰ ਅੱਗ ਲਗਾਉਣਾ ਮਜਬੂਰੀ ਬਣ ਚੁੱਕੀ ਹੈ। ਹਾਲਾਂਕਿ ਕਿਸਾਨਾਂ ਨੇ ਕਾਰਵਾਈ ਨਾ ਹੋਣ ਦੇ ਭਰੋਸੇ ਤੋਂ ਬਾਅਦ ਅਫਸਰਾਂ ਨੂੰ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਥਾਈਂ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਆਏ ਕਈ ਅਫਸਰਾਂ ਨੂੰ ਬੰਦੀ ਬਣਾਇਆ ਜਾ ਚੁੱਕਿਆ। ਸਰਕਾਰ ਦੇ ਜਿਹੜੇ ਆਧੁਨਿਕ ਕਿਸਾਨ ਦੇ ਦਿੱਤੇ ਸਿਰਫ 12% ਹੀ ਕਿਸਾਨਾਂ ਨੂੰ ਲਾਭ ਹੋਇਆ ਗਾ, ਉਹ ਵੀ ਸੁਪਰ ਸੀਡਰ ਆ ਜਿਹੜਾ ਇਹਨਾਂ ਨੇ ਬਣਾਇਆ। ਮੈਂ ਕਹਿੰਦਾ ਕੋਈ ਸਾਡਾ ਅਲਟੀਮੇਟ ਵਾ, ਕੋਈ ਵੀ ਅਧਿਕਾਰੀ ਜਿਹੜਾ ਖੇਤੀਬਾੜੀ ਅਧਿਕਾਰੀ ਹੈ ਉਹ ਚੱਲ ਚਲਾ ਕੇ ਦਿਖਾ ਦੇਵੇ ਗੁਣਾ, ਕਿਤੋਂ ਅਸੀਂ ਕਹਿ ਦਾਂਗੇ ਕਿਸਾਨ ਨਹੀਂ ਉਹ ਕਰਦੇ ਅੱਗ ਲਾਉਂਦੇ।